ਬੱਚਿਓ ਅੱਜ ਦੇ ਇਸ ਸੀਪੀਓ ਦੇ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਕੱਲ ਅਸੀਂ ਪਾਰਟੀ ਸਿਸਟਮ ਵਾਲਾ ਜਿਹੜਾ ਟੌਪਿਕ ਹੈ ਉਹ ਡਿਸਕਸ ਕਰ ਰਹੇ ਸੀ। ਇਹਦੇ ਵਿੱਚ ਅਸੀਂ ਜਿਹੜੀਆਂ ਮੁੱਖ ਜਿਹੜੀਆਂ ਟੈਕਨੋਲੋਜੀਜ਼ ਹੈਗੀਆਂ ਤਿੰਨ ਟਾਈਪ ਦੀਆਂ ਟੈਕਨੋਲੋਜੀ, ਔਰ ਅਸੀਂ ਕੱਲ ਜਿਹੜਾ ਹੈਗਾ ਮੌਰਿਸ ਡਿਵਰਜਰ ਤੇ ਜਿਓਵਾਨੀ ਸਾਰਾਟੋਰੀ ਦੀ ਜਿਹੜੀ ਮੁੱਖ ਤੌਰ ਤੇ ਜਿਹੜੀਆਂ ਇਹ ਦੋ ਵਿਚਾਰਕ ਹੈਗੇ ਆ ਇਹਨਾਂ ਦੀ ਜਿਹੜੀ ਕਲਾਸੀਫਿਕੇਸ਼ਨ ਹੈ ਪਾਰਟੀ ਸਿਸਟਮ ਦੀ ਉਹ ਡਿਸਕਸ ਅਸੀਂ ਜਿਹੜੀ ਹੈ ਕੀਤੀ। ਹੁਣ ਅੱਜ ਦਾ ਜਿਹੜਾ ਲੈਕਚਰ ਹੈ ਇਹ ਕੰਕਲੂਡਿੰਗ ਲੈਕਚਰ ਹੈ, ਇਸ ਤੋਂ ਬਾਅਦ ਜਿਹੜਾ ਹੈ ਚੈਪਟਰ ਜਿਹੜਾ ਆਪਣਾ ਮੁੱਕ ਜਾਣਾ ਹੈ। ਔਰ ਅੱਜ ਮੈਂ ਲਾਈਵ ਕਲਾਸ ਵੀ ਲੈਣੀ ਹੈ ਤੁਹਾਡੀ, ਉਹਦੇ ਵਿੱਚ ਆਪਾਂ ਥੋੜ੍ਹੀ ਜਿਹੀ ਜਿਹੜੀ ਹੈਗੀ ਹੈ ਡਿਸਕਸ਼ਨ ਜਿਹੜੀ ਹੈ ਇਸ ਟੌਪਿਕ ਉੱਤੇ ਕੰਟੀਨਿਊ ਜਿਹੜੀ ਹੈ ਕਰਾਂਗੇ। 11:30 ਵਜੇ ਤੁਹਾਡੀ ਜਿਹੜੀ ਹੈ ਲਾਈਵ ਕਲਾਸ ਜਿਹੜੀ ਹੈ ਉਹ ਲੱਗੂਗੀ, ਠੀਕ ਹੈ ਜੀ। ਹੁਣ ਉਸ ਤੋਂ ਪਹਿਲਾਂ ਮੈਂ ਜਿਹੜਾ ਹੈ ਵੀਡੀਓ ਤੁਹਾਡੇ ਨਾਲ ਜਿਹੜਾ ਹੈਗਾ ਉਹ ਮੈਂ ਸ਼ੇਅਰ ਕਰ ਦੂੰਗਾ। ਹੁਣ ਇਹਦੇ ਵਿੱਚ ਜਿਹੜੇ ਬਾਕੀ ਕਾਲਰਸ ਹੈਗੇ ਹੈ ਜਿਨ੍ਹਾਂ ਨੇ ਕਲਾਸੀਫਿਕੇਸ਼ਨ ਦਿੱਤੀ ਹੈ ਪਾਰਟੀ ਸਿਸਟਮ ਦੀ, ਉਹਦੇ ਬਾਰੇ ਅਸੀਂ ਥੋੜ੍ਹਾ ਥੋੜ੍ਹਾ ਇਨ ਬਰੀਫ ਜਿਹੜਾ ਹੈ। ਠੀਕ ਹੈ, ਇਹਦੇ ਇੱਥੇ ਮੈਂ ਇੱਕ ਤੁਹਾਡੇ ਨਾਲ ਜਿਹੜੀ ਹੈ PDF ਜਿਹੜੀ ਹੈ ਸ਼ੇਅਰ ਕੀਤੀ ਹੈਗੀ ਹੈ। ਠੀਕ ਹੈ ਜੀ, ਹੁਣ ਮੈਂ ਇੱਥੇ ਜਿਹੜਾ ਹੈਗਾ ਇਹਦਾ ਵੀਡੀਓ ਬਣਾਇਆ ਤੇ ਹੁਣ ਆਪਾਂ ਜਿਹੜਾ ਹੈਗਾ ਜਿਹੜਾ ਹੈਗਾ ਹੁਣ ਕਈ ਵਿਚਾਰਕ ਹੈ ਜਿਨ੍ਹਾਂ ਨੇ ਜਿਹੜੇ ਸਾਡੀ ਪਾਰਟੀ ਉਹਦਾ ਤੁਲਨਾਤਮਕ ਅਧਿਐਨ ਕੀਤਾ। ਜਿੱਦਾਂ ਇਹਦੇ ਵਿੱਚ ਇੱਕ ਜਿਹੜਾ ਇੰਪੋਰਟੈਂਟ ਸਕਾਲਰ ਜਿਹੜੇ ਹੈਗੇ ਹੈ ਜਿਨ੍ਹਾਂ ਨੇ ਇਹ ਪਾਰਟੀ ਸਿਸਟਮ ਦੇ ਉੱਤੇ ਟਿਪੋਲੋਜੀ, ਉਹਨੇ ਜਿਹਨੂੰ ਇਹਨੂੰ ਆਪਾਂ ਟਿਪੋਲੋਜੀ ਵੀ ਕਹਿੰਦੇ ਹਾਂ। ਟਿਪੋਲੋਜੀ ਦਾ ਮਤਲਬ ਹੁੰਦਾ ਹੈ ਵੱਖ ਵੱਖ ਕਿਸਮਾਂ ਦੇ ਪਾਰਟੀ ਵਿਵਸਥਾਵਾਂ ਦਾ ਜਦੋਂ ਅਸੀਂ ਤੁਲਨਾਤਮਕ ਅਧਿਐਨ ਕਰਦੇ ਹਾਂ। ਇਹ ਜਿਹੜਾ ਟਿਪੋਲੋਜੀ ਸ਼ਬਦ ਹੈ 1960 ਅਤੇ 70 ਦੇ ਦਸ਼ਕ ਦੇ ਵਿੱਚ ਸਾਡੇ ਸਾਹਮਣੇ ਆਇਆ। ਇਸ PDF ਦੇ ਵਿੱਚ ਇੱਕ ਗੱਲ ਸਪਸ਼ਟ ਕੀਤੀ ਗਈ ਹੈ, ਦ ਟਾਈਮ ਆਫ ਦੇਅਰ ਡਿਵੈਲਪਮੈਂਟ ਇਜ਼ ਨੋ ਸਰਪ੍ਰਾਈਜ਼ ਇਨੀਸ਼ਲੀ ਨੈਰੋ ਸਕੋਪ ਆਫ ਕੰਪੈਰੇਟਿਵ ਪੋਲਿਟਿਕਸ ਬ੍ਰੋਡਨਡ ਕੰਸੀਡਰੇਬਲੀ ਇਨ 1950ਸ ਐਂਡ 60ਸ। ਹੁਣ ਇਹ ਤੁਸੀਂ ਜਦੋਂ ਪਹਿਲਾ ਚੈਪਟਰ ਕੀਤਾ ਸੀਗਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ 1950 ਤੋਂ ਬਾਅਦ ਜਿਹੜਾ ਹੈ ਤੁਲਨਾਤਮਕ ਜਿਹੜੀ ਰਾਜਨੀਤੀ ਸੀਗੀ ਉਹਦਾ ਜਿਹੜਾ ਵਿਸ਼ੇ ਵਸਤੂ ਸੀਗਾ ਉਹ ਬਹੁਤ ਜ਼ਿਆਦਾ ਜਿਹੜਾ ਸੀਗਾ ਵੱਧ ਗਿਆ ਸੀਗਾ। ਜਿਸ ਕਰਕੇ ਪਹਿਲਾਂ ਕੀ ਸੀਗਾ, ਪਹਿਲਾਂ ਅਸੀਂ ਸਿਰਫ ਜਿਹੜੀਆਂ ਸੰਸਥਾਵਾਂ ਸੀਗੀਆਂ ਉਹਨਾਂ ਦਾ ਜਿਹੜਾ ਹੈ ਅਸੀਂ ਰਸਮੀ ਅਧਿਐਨ ਕਰਦੇ ਸੀਗੇ। ਸਿਰਫ ਉਹਨਾਂ ਨੂੰ 3 ਆਧਾਰ ਉੱਤੇ ਉਹਨਾਂ ਦੀ ਸਟੱਡੀ ਹੁੰਦੀ ਸੀਗੀ। ਉਹਨਾਂ ਦੀਆਂ ਕਾਨੂੰਨੀ ਸ਼ਕਤੀਆਂ ਦੇਖੀਆਂ ਜਾਂਦੀਆਂ ਸੀ, ਉਹਨਾਂ ਦੀ ਉਤਪੱਤੀ ਦੇਖੀ ਜਾਂਦੀ ਸੀ ਜਾਂ ਇਤਿਹਾਸ ਦੇਖਿਆ ਜਾਂਦਾ ਸੀ, ਅਤੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਦਾਰਸ਼ਨਿਕ ਕਿੱਦਾਂ ਬਣਾਉਣਾ ਹੈ ਜਾਂ ਉਹਨਾਂ ਨੂੰ ਦਾਰਸ਼ਨਿਕ ਕਿੱਦਾਂ ਜਿਹੜਾ ਹੈਗਾ ਸਿੱਧ ਕਰਨਾ ਹੈ ਔਰ ਉਹ ਉਹਦੇ ਉੱਤੇ ਜਿਹੜੀ ਹੈ ਚਰਚਾ ਹੁੰਦੀ ਸੀ। ਹੁਣ 50ਸ ਦੇ 60ਸ ਦੇ ਵਿੱਚ ਕੀ ਹੋਇਆ, ਜਦੋਂ ਤੁਲਨਾਤਮਕ ਰਾਜਨੀਤੀ ਦਾ ਜਿਹੜਾ ਸੀਗਾ ਸਕੋਪ ਵੱਧ ਗਿਆ ਤੇ ਬੜੇ ਕੰਟਰੀਜ਼ ਦੇ ਵਿੱਚ ਜਿੱਦਾਂ ਬ੍ਰਿਟੇਨ ਹੋ ਗਿਆ, ਫਰਾਂਸ ਹੋ ਗਿਆ, ਜਰਮਨੀ ਹੋ ਗਿਆ, ਤੇ ਜਿਹੜੇ ਵੱਖ ਵੱਖ ਰਾਜਨੀਤਿਕ ਵਿਚਾਰਕ ਸੀਗੇ ਇਹ ਇਹਨਾਂ ਨੇ ਅਮੈਰੀਕਾ ਜਾ ਕੇ ਜਿਹੜਾ ਸੀਗਾ ਆਪਣੀ ਜਿਹੜੀ ਹੈ ਰਿਸਰਚ ਜਿਹੜੀ ਸੀਗੀ ਉਹਨੂੰ ਕੰਟੀਨਿਊ ਜਿਹੜਾ ਸੀਗਾ ਕੀਤਾ। ਠੀਕ ਹੈ ਜੀ, ਔਰ ਉਸ ਤੋਂ ਬਾਅਦ ਜਿਹੜਾ ਹੈ ਡਿਫਰੈਂਟ ਟਾਈਪ ਆਫ ਟੈਕਨੋਲੋਜੀ ਜਿਹੜੀਆਂ ਹੁਣ ਇਹਦੇ ਵਿੱਚ ਮੋਸਟ ਆਫ ਦੀਸ ਵਰਕਡ ਬਟ ਵਰਕਡ ਵੈਲ ਇਨਫ ਟੂ ਰੇਜ਼ ਦ ਕੁਐਸਚਨ ਅਬਾਊਟ ਦ ਪ੍ਰਜ਼ੰਪਸ਼ਨ ਆਫ ਮਲਟੀ ਪਾਰਟੀ। ਸੋ ਮਲਟੀ ਪਾਰਟੀਜ਼ਮ ਦੇ ਉੱਤੇ ਵੀ ਕਾਫੀ ਕੰਮ ਹੋਇਆ। ਮਲਟੀ ਪਾਰਟੀ ਸਿਸਟਮ ਨੂੰ ਅਸੀਂ ਕਹਿੰਦੇ ਹਾਂ ਬਹੁਦਲੀ ਵਿਵਸਥਾ ਜਿਹੜੀ ਹੈ ਪਾਰਟੀ ਸਿਸਟਮ ਦੇ ਵਿੱਚ ਉਹਨੂੰ ਅਸੀਂ ਮਲਟੀ ਪਾਰਟੀ ਸਿਸਟਮ ਜਿਹੜਾ ਹੈਗਾ ਉਹ ਕਹਿੰਦੇ ਹਾਂ। ਇਹਦੇ ਵਿੱਚ ਹੁਣ ਜਿਹੜਾ ਹੈਗਾ ਹੈ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਉਹ ਕਹਿ ਰਿਹਾ ਰੋਬਰਟ, ਇਹਦੇ ਵਿੱਚ ਕਿਹੜੇ ਕਿਹੜੇ ਵਿਚਾਰਕ ਸੀਗੇ ਜਿਨ੍ਹਾਂ ਨੇ ਇਸ ਉੱਤੇ ਕੰਮ ਕੀਤਾ। ਆਲਮੰਡ ਨੇ 1956, ਆਲਮੰਡ ਐਂਡ ਫੋਰਮਨ ਨੇ 1960, ਲਿਪਯਾਰਡ 1968, ਸਟੱਡੀਜ਼ ਡੈਮੋਕ੍ਰੇਸੀ ਲੀਡਿੰਗ ਟੂ ਨਿਊ ਥਿੰਕਿੰਗ, ਰੋਬਰਟ ਐਲ ਪੋਲੀਟੀਕਲ ਆਪੋਜੀਸ਼ਨ ਇਨਵੈਸਟਿੰਗ ਡੈਮੋਕ੍ਰੇਸੀ 1966, ਡੈਮੋਨਸਟ੍ਰੇਟਿਡ ਨਾਟ ਓਨਲੀ ਦ ਵਰਾਇਟੀ ਆਫ ਸਾਈਡਸ ਇਨ ਆਪੋਜੀਸ਼ਨ ਬਟ ਮੈਨੀ ਮੋਰ ਥਿੰਗਸ। ਠੀਕ ਹੈ, ਇਹਦੇ ਵਿੱਚ ਹੁਣ ਜਿਹੜਾ ਕੰਮ ਹੋਇਆ ਕਾਫੀ ਪੋਲੀਟੀਕਲ ਸਿਸਟਮ
यूरोप के देशों जिदा स्वीडन हो गया, नॉर्वे हो गया, डेनमार्क हो गया, इटली हो गया, आइसलैंड हो गया, अच्छा फिर नीदरलैंड हो गया, स्विट्जरलैंड हो गया, फ्रांस हो गया, फिनलैंड हो गया, ये सारी यूरोपियन जो कंट्रीज है इन्हों जो व्यवस्थावां थी, किसी मल्टी पार्टी सिस्टम थी, किसी बाई पार्टी सिस्टम थी, और सिंगल पार्टी सिस्टम यूरोप के बहुत घट देशों जो है सिगा या नामांतर सिगा। ठीक है, ब्लॉन्डर ने जी टोपोलॉजी दी, वो एक विचारक है जीन ब्लॉन्डर। ठीक है जी, वो की कहता है ब्लॉन्डर टोपोलॉजी वॉज यूजफुल बिकॉज इट हाईलाइटेड द डिफरेंस एंड सिमिलैरिटीज अमंग द टू प्योर प्योर टू पार्टी सिस्टम लाइक फेडरल रिपब्लिक ऑफ जर्मनी विद टू लार्जर पार्टीज रिलेटिवली स्मॉलर एंड हाफ पार्टी। तो जो ब्लॉन्डर सिगा उन्हें फेडरल रिपब्लिक ऑफ जर्मनी और जड़ा सिगा ओदे विच जड़ी पार्टी सिस्टम सिगा ओदे उत्ते काम कीता, अते जिहड़े दो प्योर सिस्टम नूं असीं कहिंदे आ कि प्योर सिस्टम जिहड़े हैगे आ, असीं एक मिनट इत्थे बोर्ड उत्ते ध्यान दिओ सारे जणे, प्योर सिस्टम असीं प्योर पार्टी सिस्टम किहनूं कहिंदे आ, प्योर पार्टी सिस्टम हुंदा है जिहड़ा बाई पार्टी सिस्टम तीन मल्टी पार्टी इन्हें प्योर सिस्टम, जिहड़ा सिंगल पार्टी सिस्टम हैगा उन्होंने कुछ विचारक जिहड़ा है प्योर नहीं मानते, क्योंकि उत्थे पार्टी नहीं हैगी। वो कंपैरिजन आपां किहदे नाल करां, इहदे विच कंपैरिजन जिहड़ा है वो हो सकदा है। अच्छा हुण जिहड़ा ब्लॉन्डल सीगा, ब्लॉन्डल स्कीम दिस एग्रीगेट मल्टी पार्टी कैटेगरी, उन्हें पहले डिस्ट्रीब्यूशन की थी बाई पार्टी सिस्टम से मल्टी पार्टी सिस्टम जो है वो ब्लॉन्डर ने पहले डिस्ट्रीब्यूशन की थी, वो अंतर जो किया। अच्छा फिर उसका उन्हें क्या टू एंड हाफ पार्टी सिस्टम कैपिटल डिफरेंस बिटवीन टू प्योर पार्टी सिस्टम ऑन वन हैंड मॉडरेट मल्टी पार्टी सिस्टम हाउएवर टू एंड हाफ कैटेगरी मीन्स पार्टी सिस्टम रोल ऑफ स्मॉलर हाफ पार्टी सिस्टम। अच्छा फिर उन्हें सिस्टम के अंदर था जिहड़ियां स्मॉलर पार्टी होंगे हैं मल्टी पार्टी सिस्टम के विच या बहुदलीय प्रणाली के विच ओदा जिहड़ा हैगा, ओदा जिहड़ा हैगा की रोल। ठीक है जी, सो ये तां होया ब्लॉन्डल दा जिहड़ा हैगा एनालिसिस। उस तों बाद सर सटोरी भी तुहानूं मैं कराती हैगी। ठीक है जी, उस तो बाद जिहड़ा एक होर दो विचारक हुए है, एक होया रॉबर्ट डाहल, एक होया रूकम अते पीटर मायर। 1996 तो लैके 2002 तक इन्हों सारे विचारकों ने जिहड़ियां पार्टी व्यवस्थावां सीगियां उन्हां उत्ते जिहड़ा है अपना काम किया। इन पार्टी सिस्टम विच कॉम्पीटिशन फॉर गवर्निंग फॉर्मूला, तो इन्हां ने जिहड़ा जियोवानी सालाटोरी का जिहड़ा एनालिसिस है उन बेस बना के जिहड़ा है इन्हां लोगों ने जिहड़ा हैगा गल कीती है। और इन्हां ने यह भी गल कीती है कि जिन्हां जिन्हां देशों के विच मल्टी पार्टी सिस्टम चल रहा है उन्हां दे विच कोलिशन जिहड़े गठबंधन की राजनीति भी हो सकती है, और गठबंधन जिहड़ा है उदों ही कामयाब हो सकता है जदों उस गठबंधन दे विच एक जिहड़ी मेजर वड्डी पोलिटिकल पार्टी होगी, जिदा भारत दी एग्जांपल दीजिए भारत दे विच बीजेपी ते कांग्रेस ये दो वड्डियां नैशनल पार्टी हैगियां भारत दे। हुण इन्हां दोनों के अपने अपने गठबंधन है, एक है एनडीए, एक दूसरा जो है वो है। ठीक है, तो ये कुछ होर जिहड़े विचारक सी जिन्हां जिन्हां ने वक्त वक्त जिहड़ियां पार्टी व्यवस्थावां है उन्हां दीआं किस्मां उत्ते इन्हां ने जिहड़ा काम कीता। सो इहदे नाल जिहड़ा साडा इह चैप्टर खत्म होंदा है। सो अगर असीं इसनूं कंक्लूड करना होवे इस चैप्टर नूं तां असीं इही कहांगे कि विश्व दे विच जिहड़ियां
तीन किस्म दियां पार्टी को मुस्तावा है दियां एक नू असी एक दलीय कहने हैं दूसरी नू बहु दलीय कहने हैं और तीसरी नू असी दो दलीय कहने हैं सो इना जिहड़े जिहड़े विचारक हुए है इन्हां ने अगे इहना इन्हां पार्टियों ते सी इहना जिहड़े तीनों सिस्टम है तीनों जिहड़ी व्यवस्था है इन्हां दे जिहड़े है फीचर दस्से हैं फीचर की गल की है सो इन्हां नू एक्सप्लेन कीता है चंगी तरह इन्हां दा एनालिटिकल एनालिसिस किया है ये सारिया चीजा जो विचारक ने ठीक है जी हूँ दूसरी गल कि इन्होंने जोड़े यूरोप के देश है यूरोप के देश में ही देशों एडवांस इंडस्ट्रियल सोसाइटी कहने हैं जो अगर तुम कोई क्वेश्चन इतना पूछा जाता है कि एडवांस इंडस्ट्रियल सोसाइटी ਜਿਹੜੀਆਂ ਪਾਰਟੀ ਵਿਵਸਥਾਵਾਂ ਦਾ ਤਦਾਤਮਕ ਵਿਸ਼ਲੇਸ਼ਣ ਕਰੋ ਤੇ ਤੁਸੀਂ ਇੱਕ ਦੋ ਜਿਹੜੇ ਜਿਹੜੇ ਸਿਸਟਮ ਹੈਗੇ ਇੰਡਸਟਰੀਅਲ ਸੁਸਾਇਟੀ ਹੈਗੇ ਆ ਉਹਨਾਂ ਦੇ ਪਾਰਟੀ ਸਿਸਟਮ ਦੇ ਫੀਚਰ ਦੇ ਆਧਾਰ ਤੇ ਹੈ ਇਹਨਾਂ ਦਾ ਜਿਹੜਾ ਹੈਗਾ ਇਹ ਕੁਸ਼ਚਨ ਜਿਹੜਾ ਹੈਗਾ ਤੁਸੀਂ ਕਰਨਾ ਸੋ ਅੱਜ ਦਾ ਮੈਂ ਲੈਕਚਰ ਜਿਹੜਾ ਹੈਗਾ ਇੱਥੇ ਹੀ ਜਿਹੜਾ ਹੈਗਾ ਆਰਾਮ ਦਿੰਦਾ ਔਰ ਇਹ ਸਾਡਾ ਟੋਪਿਕ ਜਿਹੜਾ ਹੈ ਹੋ ਗਿਆ ਔਰ ਅਸੀਂ ਮੰਡੇ ਨੂੰ ਜਿਹੜਾ ਇੱਕ ਨਵਾਂ ਟੋਪਿਕ ਜਿਹੜਾ ਆਪਣੇ ਸਿਲੇਬਸ ਦੇ ਵਿੱਚ